ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ ਪੋਲੀਟੀ ਦੀ ਐਮਸੀਕਿਊ ਸੀਰੀਜ਼ ਦੇ ਵਿੱਚ ਅੱਜ ਆਪਾਂ ਪਾਰਟ 6 ਕਰਨਾ ਹੈ। ਅੱਜ ਦਾ ਜਿਹੜਾ ਲੈਕਚਰ ਹੈ ਇਹ ਆਪਾਂ ਆਪਣੇ ਦੇਸ਼ ਦੇ ਰਾਸ਼ਟਰਪਤੀ ਨੂੰ ਸਮਰਪਿਤ ਕੀਤਾ ਹੈ, ਉਹਨਾਂ ਦੇ ਰਿਗਾਰਡਿੰਗ ਆਪਾਂ ਅੱਜ ਕੁਸ਼ਚਨ ਆਨਸਰ ਕਰਨੇ ਨੇ। ਮੇਰਾ ਨਾਮ ਅਰਸ਼ਦੀਪ ਤੇ ਮੈਂ ਇਸ ਪਲੇਟਫਾਰਮ ਦੇ ਉੱਪਰ ਫੈਕਲਟੀ ਮੈਂਬਰ ਹਾਂ। ਪਹਿਲਾ ਕੁਸ਼ਚਨ ਆ ਗਿਆ ਜੀ ਇਹਦਾ, ਇਹ ਕਹਿੰਦੇ ਵਿੱਚੋਂ ਦਾ ਫੋਲੋਇੰਗ ਸਟੇਟਮੈਂਟ ਇਜ਼ ਨੋਟ ਕਰੈਕਟ। ਇਹਨਾਂ ਦੇ ਵਿੱਚੋਂ ਚਾਰ ਸਟੇਟਮੈਂਟ ਦੇ ਵਿੱਚੋਂ ਤੁਸੀਂ ਇਹ ਦੇਖਣਾ ਇਹਨਾਂ ਦੇ ਵਿੱਚੋਂ ਕਿਹੜੀ ਗਲਤ ਹੈ। ਆਪਸ਼ਨ ਏ, ਦੇਅਰ ਸ਼ੈਲ ਬੀ ਕਾਉਂਸਲ ਆਫ ਮਿਨਿਸਟਰਸ ਹੈਡਡ ਬਾਈ ਪ੍ਰਾਈਮ ਮਿਨਿਸਟਰ ਟੂ ਏਡ ਐਂਡ ਐਡਵਾਈਸ ਦਾ ਪ੍ਰੈਜੀਡੈਂਟ ਹੂ ਸ਼ੈਲ ਐਕਟ ਇਨ ਅਕੋਰਡੈਂਸ ਵਿਦ ਸੱਚ ਐਡਵਾਈਸ। ਆਪਸ਼ਨ ਬੀ, ਦਾ ਪ੍ਰੈਜੀਡੈਂਟ ਮੇ ਰਿਕੁਆਇਰ ਦਾ ਕਾਉਂਸਲ ਆਫ ਮਿਨਿਸਟਰ ਟੂ ਰੀਕਨਸਿਡਰ ਸੱਚ ਐਡਵਾਈਸ। ਆਪਸ਼ਨ ਸੀ, ਦਾ ਪ੍ਰੈਜੀਡੈਂਟ ਨੀਡ ਨੋਟ ਐਕਟ ਇਨ ਅਕੋਰਡੈਂਸ ਵਿਦ ਦਾ ਐਡਵਾਈਸ ਟੈਂਡਡ ਆਫਟਰ ਸੱਚ ਰੀਕਨਸਿਡਰੇਸ਼ਨ। ਆਪਸ਼ਨ ਡੀ, ਦਾ ਪ੍ਰੈਜੀਡੈਂਟ ਸ਼ੈਲ ਐਕਟ ਇਨ ਅਕੋਰਡੈਂਸ ਵਿਦ ਦਾ ਐਡਵਾਈਸ ਟੈਂਡਡ ਆਫਟਰ ਸੱਚ ਰੀਕਨਸਿਡਰੇਸ਼ਨ। ਕੁਸ਼ਚਨ ਆਪਾਂ ਬਾਅਦ ਚ ਕਰਾਂਗੇ, ਪਹਿਲਾਂ ਆਪਾਂ ਸਮਝੇ ਵੀ ਹੈ ਕੀ। ਦੇਖੋ ਜਿਹੜੇ ਕੁਸ਼ਚਨ ਵਿੱਚ ਤੁਹਾਨੂੰ ਸਟੇਟਮੈਂਟ ਦਿੱਤੇ ਹੋਏ ਨੇ, ਇਹ ਜਿਹੜਾ ਆਪਣੇ ਸੰਵਿਧਾਨ ਦਾ ਆਰਟੀਕਲ 74 ਹੈ ਉਹੀ ਲਿਖਿਆ ਹੋਇਆ। ਆਪਣਾ ਆਰਟੀਕਲ 74 ਕੌਂਸਟੀਟਿਊਸ਼ਨ ਦਾ ਇਹ ਕਹਿੰਦਾ ਹੈ, ਦੇਅਰ ਸ਼ੈਲ ਬੀ ਅ ਕਾਉਂਸਲ ਆਫ ਮਿਨਿਸਟਰ, ਕਾਉਂਸਲ ਆਫ ਮਿਨਿਸਟਰਸ ਹੋਣਗੇ ਜਿਨ੍ਹਾਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਹੈੱਡ ਕਰੂਗਾ ਤੇ ਉਹ ਪ੍ਰੈਜ਼ੀਡੈਂਟ ਹੋਊਗਾ ਜਿਹੜਾ ਆਪਣੇ ਦੇਸ਼ ਦਾ ਰਾਸ਼ਟਰਪਤੀ, ਉਹਨੂੰ ਏਡ ਐਂਡ ਐਡਵਾਈਸ ਕਰਨਗੇ ਤੇ ਜਿਹੜਾ ਰਾਸ਼ਟਰਪਤੀ ਹੋਊਗਾ ਉਹਨੂੰ ਜਿਹੜੇ ਕਾਉਂਸਲ ਆਫ ਮਿਨਿਸਟਰ ਦੀ ਜਿਹੜੀ ਐਡਵਾਈਸ ਹੈ ਉਹਦੇ ਅਕੋਰਡਿੰਗ ਚੱਲਣਾ ਪਊਗਾ। ਠੀਕ ਹੈ, ਇਹ ਸਾਰਾ ਕੁਝ ਆਰਟੀਕਲ 74 ਦੇ ਵਿੱਚ ਲਿਖਿਆ ਹੋਇਆ। ਠੀਕ ਹੈ, ਸੋ ਜਿਹੜੀ ਸਟੇਟਮੈਂਟ 1 ਹੈ ਇਹ ਤਾਂ ਜੀ ਹੋ ਗਿਆ ਆਪਣੇ ਠੀਕ। ਹੁਣ ਦੇਖੋ ਥੋੜਾ ਜਿਹਾ ਆਪਾਂ ਬੈਕਗ੍ਰਾਉਂਡ ਦੇ ਵਿੱਚ ਜਾਂਦੇ ਹਾਂ। ਜਦੋਂ ਇੰਦਰਾ ਗਾਂਧੀ ਦੀ ਗੌਰਮੈਂਟ ਸੀਗੀ, ਉਹਨੇ 42nd ਅਮੈਂਡਮੈਂਟ ਦੇ ਨਾਲ, ਮਤਲਬ ਜਿਹਨੂੰ ਆਪਾਂ ਮਿੰਨੀ ਕੌਂਸਟੀਟਿਊਸ਼ਨ ਦੇ ਨਾਮ ਨਾਲ ਜਾਣਦੇ ਹਾਂ, ਸੰਵਿਧਾਨ ਦੇ ਵਿੱਚ ਸੋਧ ਕਰੀ। ਠੀਕ ਹੈ, ਤੇ ਉਹਨੇ 74 ਆਰਟੀਕਲ ਸੀਗਾ ਜਿਹੜਾ ਉਹਨੂੰ ਵੀ ਅਮੈਂਡ ਕਰਿਆ ਤੇ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਐਡ ਕਰਤਾ ਸੀਗਾ ਵੀ ਪ੍ਰੈਜ਼ੀਡੈਂਟ ਹੈਗਾ ਜਿਹੜਾ ਉਹਨੂੰ ਕਾਉਂਸਲ ਆਫ ਮਿਨਿਸਟਰ ਦੀ ਜਿਹੜੀ ਐਡਵਾਈਸ ਹੈਗੀ ਉਹ ਮੰਨਣੀ ਹੀ ਪਊਗੀ, ਮਤਲਬ ਉਹਨੂੰ ਰੀਕਨਸਿਡਰੇਸ਼ਨ ਕਰਨ ਦੇ ਲਈ ਉਹ ਨਹੀਂ ਭੇਜ ਸਕਦਾ। ਇਹ 42nd ਅਮੈਂਡਮੈਂਟ ਦੇ ਵਿੱਚ ਲਿਖਿਆ ਗਿਆ ਸੀਗਾ। ਬਟ ਇੰਦਰਾ ਗਾਂਧੀ ਜਦੋਂ ਸਰਕਾਰ ਗਿਰੀ, ਉਸ ਤੋਂ ਨੈਕਸਟ ਸਰਕਾਰ ਆਈ ਮੁਰਾਰਜੀ ਦੇਸਾਈ ਦੀ, ਉਹਨਾਂ ਨੇ ਜਿਹੜਾ 44th ਅਮੈਂਡਮੈਂਟ ਕਰੀ ਸੀਗੀ, 44ਵੀਂ ਸੰਸ਼ੋਧਨ, ਠੀਕ ਹੈ, ਜਿਹੜਾ ਕਿ 42nd ਦੇ ਉਲਟ ਸੀਗੀ ਸਾਰੇ ਪ੍ਰੋਵੀਜ਼ਨ ਉਹਦੇ, ਉਹਨਾਂ ਦੇ ਵਿੱਚ ਉਹਨਾਂ ਨੇ ਇਹ ਚੀਜ਼ ਐਡ ਕਰੀ ਵੀ ਜਿਹੜਾ ਦੇਸ਼ ਦਾ ਰਾਸ਼ਟਰਪਤੀ ਹੈ ਉਹ ਜਿਹੜੀ ਕਾਉਂਸਲ ਆਫ ਮਿਨਿਸਟਰ ਦੀ ਜਿਹੜੀ ਏਡ ਐਂਡ ਐਡਵਾਈਸ ਹੈ ਉਹਨੂੰ ਸਿਰਫ ਇੱਕ ਵਾਰ, ਮਤਲਬ ਰੀਕਨਸਿਡਰੇਸ਼ਨ ਕਰਨ ਦੇ ਲਈ ਭੇਜ ਸਕਦਾ ਦੁਬਾਰਾ। ਠੀਕ ਹੈ, ਮਤਲਬ ਤੁਸੀਂ ਜਿਹੜੇ ਕਾਉਂਸਲ ਮਿਨਿਸਟਰ ਨੇ ਐਡਵਾਈਸ ਭੇਜਿਆ ਕੋਈ ਵੀ ਪ੍ਰੈਜ਼ੀਡੈਂਟ ਨੂੰ, ਉਹਨੂੰ ਪ੍ਰੈਜ਼ੀਡੈਂਟ ਸਿਰਫ ਇੱਕ ਵਾਰ ਹੀ ਵਾਪਿਸ ਭੇਜ ਸਕਦਾ। ਇਹ 44th ਅਮੈਂਡਮੈਂਟ ਦਾ ਜਿਹੜਾ ਸੀਗਾ ਇਹ ਪ੍ਰੋਵੀਜ਼ਨ ਸੀਗਾ। ਪਹਿਲਾਂ ਤਾਂ ਜਿਹੜੇ ਮੁਰਾਰਜੀ ਦੇਸਾਈ ਨੇ, ਇਹਨਾਂ ਨੇ ਸੋਚਿਆ ਸੀਗਾ ਵੀ ਪ੍ਰੈਜ਼ੀਡੈਂਟ ਦੀ ਮਰਜ਼ੀ ਹੋਊਗੀ ਵੀ ਜਿੰਨੀ ਮਰਜ਼ੀ ਵਾਰ ਉਹ ਰੀਕਨਸਿਡਰੇਸ਼ਨ ਦੇ ਲਈ ਐਡਵਾਈਸ ਭੇਜ ਸਕਦਾ। ਬਟ ਮੁਰਾਰਜੀ ਦੇਸਾਈ ਦਾ ਇੱਕ ਸਿਆਣਾ ਜਿਹਾ ਲਾਇਰ ਸੀਗਾ, ਉਹਦਾ ਨਾਮ ਸੀਗਾ ਸ਼ਾਂਤੀ ਭੂਸ਼ਣ। ਅੱਜ ਦੇ ਟਾਈਮ ਮਸ਼ਹੂਰ ਵਕੀਲ ਨੇ ਜਿਹੜੇ ਸੁਪਰੀਮ ਕੋਰਟ ਦੇ ਪ੍ਰਸ਼ਾਂਤ ਭੂਸ਼ਣ, ਉਹਨਾਂ ਦੇ ਫਾਦਰ ਸਾਹਿਬ ਸੀਗੇ ਸ਼ਾਂਤੀ ਭੂਸ਼ਣ। ਉਹਨਾਂ ਨੇ ਕਿਹਾ ਸੀਗਾ ਵੀ ਪ੍ਰੈਜ਼ੀਡੈਂਟ ਨੂੰ ਇੰਨੀਆਂ ਪਾਵਰਾਂ ਨਾ ਦਿਓ, ਇਹ ਡਿਕਟੇਟਰ ਵੀ ਬਣ ਸਕਦਾ, ਮਤਲਬ ਹੋ ਸਕਦਾ ਤੁਹਾਡੀਆਂ ਗੱਲਾਂ ਨਾ ਹੀ ਮੰਨੇ, ਤੁਹਾਡੀ ਐਡਵਾਈਸ ਨੂੰ ਇਹ ਮੰਨੇ ਨਾ। ਸੋ ਉਦੋਂ 44ਵੀਂ ਅਮੈਂਡਮੈਂਟ ਦੇ ਵਿੱਚ ਇਹ ਪ੍ਰੋਵੀਜ਼ਨ ਐਡ ਕਰਿਆ ਗਿਆ ਸੀਗਾ ਵੀ ਪ੍ਰੈਜ਼ੀਡੈਂਟ ਸਿਰਫ ਇੱਕ ਵਾਰ ਹੀ ਜਿਹੜੀ ਕਾਉਂਸਲ ਆਫ ਮਿਨਿਸਟਰ ਦੀ ਏਡ ਐਂਡ ਐਡਵਾਈਸ ਹੈ ਉਹਨੂੰ ਰੀਕਨਸਿਡਰੇਸ਼ਨ ਦੇ ਲਈ ਭੇਜ ਸਕਦਾ। ਹੁਣ ਆਪਾਂ ਆਪਣਾ ਕੁਐਸਚਨ ਚੱਕਦੇ ਉੱਪਰ ਚੱਲਦੇ ਹਾਂ। ਪਹਿਲੀ ਸਟੇਟਮੈਂਟ ਤਾਂ ਜੀ ਠੀਕ ਹੈ, ਆਪਾਂ ਹੁਣ ਪਿੱਛੇ ਕਰ ਚੁੱਕੇ ਹਾਂ। ਆਪਸ਼ਨ ਬੀ ਆਪਾਂ ਦੇਖੀਏ, ਦਾ ਪ੍ਰੈਜ਼ੀਡੈਂਟ ਮੇ ਰਿਕੁਆਇਰ ਦਾ ਕਾਉਂਸਲ ਆਫ ਮਿਨਿਸਟਰ ਟੂ ਰੀਕਨਸਿਡਰ ਸੱਚ ਐਡਵਾਈਸ ਕਰ ਸਕਦਾ, ਸਿਰਫ ਇੱਕ ਵਾਰ ਕਰ ਸਕਦਾ, ਠੀਕ ਹੈ ਜੀ। ਆਪਸ਼ਨ ਸੀ, ਦਾ ਪ੍ਰੈਜ਼ੀਡੈਂਟ ਨੀਡ ਨੋਟ ਐਕਟ ਇਨ ਅਕੋਰਡੈਂਸ ਵਿਦ ਦਾ ਐਡਵਾਈਸ ਸਟੈਂਡਰ ਆਫਟਰ ਸੱਚ ਰੀਕਨਸਿਡਰੇਸ਼ਨ। ਰੀਕਨਸਿਡਰੇਸ਼ਨ ਤੋਂ ਬਾਅਦ ਜਿਹੜੀ ਪ੍ਰੈਜ਼ੀਡੈਂਟ, ਜਿਹੜੇ ਕਾਉਂਸਲ ਆਫ ਮਿਨਿਸਟਰ ਪ੍ਰੈਜ਼ੀਡੈਂਟ ਨੂੰ ਦੁਬਾਰਾ ਐਡਵਾਈਸ ਤੇ ਏਡ ਐਂਡ ਐਡਵਾਈਸ ਭੇਜਦੇ ਨੇ ਉਹਦੇ ਉੱਪਰ ਪ੍ਰੈਜ਼ੀਡੈਂਟ ਨੂੰ, ਮਤਲਬ ਬਾਉਂਡ ਹੋਊਗਾ, ਉਹ ਐਡਵਾਈਸ ਉਹਨੂੰ ਮੰਨਣੀ ਹੀ ਪਊਗੀ। ਇਹ ਆਪਸ਼ਨ ਗਲਤ ਹੋ ਗਈ ਆਪਣੀ, ਸੀ ਆਪਸ਼ਨ ਗਲਤ ਹੋ ਗਈ। ਠੀਕ ਹੈ, ਤੇ ਇੱਥੋਂ ਆਪਣਾ ਆਨਸਰ ਆ ਗਿਆ ਜੀ। ਅਗਲੇ ਕੁਐਸਚਨ ਉੱਪਰ ਚੱਲਦੇ ਆਪਾਂ। ਅਸਰਸ਼ਨ ਰੀਜ਼ਨਿੰਗ ਹੈ, ਪਹਿਲੀ ਸਟੇਟਮੈਂਟ ਦੇਖ ਰਹੇ ਆਪਾਂ, ਅਸਰਸ਼ਨ ਕੀ ਕਹਿੰਦੀ ਹੈ। ਕਹਿੰਦਾ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਇਜ਼ ਦਾ ਚੀਫ ਐਗਜ਼ੀਕਿਊਟਿਵ ਆਫ ਦਾ ਗਵਰਨਮੈਂਟ ਆਫ ਇੰਡੀਆ। ਬਿਲਕੁਲ ਠੀਕ ਸਟੇਟਮੈਂਟ ਹੈ। ਠੀਕ ਹੈ, ਡੀ ਜੋਰ ਹੈੱਡ ਆਪਣੇ ਦੇਸ਼ ਦਾ ਰਾਸ਼ਟਰਪਤੀ, ਠੀਕ ਹੈ, ਡੀ ਫੈਕਟੋ ਹੈੱਡ ਹੈ ਉਹ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ। ਠੀਕ ਹੈ, ਹੈੱਡ ਆਫ ਦਾ ਸਟੇਟ ਆਪਾਂ ਪ੍ਰੈਜ਼ੀਡੈਂਟ ਨੂੰ ਕਹਿੰਦੇ ਆ, ਹੈੱਡ ਆਫ ਦਾ ਗਵਰਨਮੈਂਟ ਹੁੰਦੀ ਹੈ ਕਿ ਜਿਹੜੀ ਉਹਨੂੰ ਦੇਸ਼ ਦਾ ਪ੍ਰਧਾਨ ਮੰਤਰੀ ਨੂੰ ਕਿਹਾ ਜਾਂਦਾ। ਠੀਕ ਹੈ, ਤੇ ਚੀਫ ਐਗਜ਼ੀਕਿਊਟਿਵ ਜਿਹੜਾ ਹੁੰਦਾ ਉਹ ਹੁੰਦਾ ਦੇਸ਼ ਦਾ ਰਾਸ਼ਟਰਪਤੀ। ਠੀਕ ਹੈ, ਆਪਸ਼ਨ ਬੀ ਦੀ ਆਪਾਂ ਗੱਲ ਕਰੀਏ, ਮਤਲਬ ਰੀਜ਼ਨਿੰਗ ਦੀ ਗੱਲ ਕਰੀਏ, ਇਹ ਕਹਿੰਦੇ ਦਾ ਪ੍ਰੈਜ਼ੀਡੈਂਟ ਇਜ਼ ਇਲੈਕਟਿਡ ਬਾਈ ਇਲੈਕਟਿਡ ਮੈਂਬਰਸ ਆਫ ਦਾ ਪਾਰਲੀਮੈਂਟ ਐਂਡ ਇਲੈਕਟਿਡ ਮੈਂਬਰਸ ਆਫ ਦਾ ਸਟੇਟ ਲੈਜਿਸਲੇਟਿਵ ਅਸੈਂਬਲੀ। ਇਹ ਸਟੇਟਮੈਂਟ ਵੀ ਆਪਦੇ ਉੱਤੇ ਠੀਕ ਹੈ, ਬਟ ਜਿਹੜੀ ਅਸਰਸ਼ਨ ਤੇ ਰੀਜ਼ਨਿੰਗ ਹੈ ਇਹ, ਮਤਲਬ ਜਿਹੜੀ ਰੀਜ਼ਨਿੰਗ ਜਿਹੜਾ ਰੀਜ਼ਨ ਹੈਗਾ ਅਸਰਸ਼ਨ ਦਾ, ਇਹ ਉਹਦੀ ਐਕਸਪਲੇਨੇਸ਼ਨ ਨਹੀਂ ਹੈਗੀ। ਇਹਦਾ ਆਨਸਰ ਆ ਗਿਆ ਜੀ ਆਪਸ਼ਨ ਬੀ, ਬੋਥ ਆਰ ਕਰੈਕਟ, ਇੰਡੀਵਿਜੁਅਲੀ ਕਰੈਕਟ, ਬਟ ਰੀਜ਼ਨ ਇਜ਼ ਨੋਟ ਦਾ ਐਕਸਪਲੇਨੇਸ਼ਨ ਆਫ ਅਸਰਸ਼ਨ। ਠੀਕ ਹੈ, ਇਹਦਾ ਆਨਸਰ ਤਾਂ ਆ ਗਿਆ ਜੀ ਬੀ। ਹੁਣ ਆਪਾਂ ਦੇਖਦੇ ਹਾਂ ਜੀ ਵੀ ਇਹ ਪ੍ਰੈਜ਼ੀਡੈਂਟ ਹੈਗਾ ਜਿਹੜਾ ਉਹਨੂੰ ਕਿਹੜੇ ਕਿਹੜੇ ਬੰਦੇ ਵੋਟਾਂ ਪਾਉਂਦੇ ਨੇ, ਮਤਲਬ ਪ੍ਰੈਜ਼ੀਡੈਂਟ ਜਿਹੜਾ ਇਲੈਕਟੋਰਲ ਕਾਲਜ ਹੁੰਦਾ ਉਹਦੇ ਵਿੱਚ ਕਿਹੜੇ ਕਿਹੜੇ ਮੈਂਬਰ ਹੁੰਦੇ ਨੇ। ਦੇਖੋ ਸਭ ਤੋਂ ਪਹਿਲਾਂ ਜਿਹੜੇ ਪਾਰਲੀਮੈਂਟ ਦੇ ਦੋਵੇਂ ਹਾਊਸਿਸ ਨੇ ਉਹਨਾਂ ਦੇ ਇਲੈਕਟਿਡ ਮੈਂਬਰ ਹੁੰਦੇ ਨੇ, ਸਿਰਫ ਇਲੈਕਟਿਡ ਮੈਂਬਰ।
ਤੇ ਜਿਹੜੇ ਨੋਮੀਨੇਟਡ ਮੈਂਬਰ ਹੁੰਦੇ ਨੇ ਉਹ ਪ੍ਰੈਜ਼ੀਡੈਂਟ ਦੇ ਇਲੈਕਟੋਰਲ ਕਾਲਜ ਦੇ ਵਿੱਚ ਭਾਗ ਨਹੀਂ ਲੈਂਦੇ, ਮਤਲਬ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਵਿੱਚ ਉਹ ਭਾਗ ਨਹੀਂ ਲੈਂਦੇ। ਬਟ ਜੇ ਗੱਲ ਪ੍ਰੈਜ਼ੀਡੈਂਟ ਦੀ ਇੰਪੀਚਮੈਂਟ ਦੀ ਚੱਲ ਰਹੀ ਹੈ ਤਾਂ ਨੋਮੀਨੇਟਡ ਮੈਂਬਰ ਦੋਵੇਂ ਹਾਊਸਿਸ ਦੇ ਉਹ ਪ੍ਰੈਜ਼ੀਡੈਂਟ ਦੀ ਇੰਪੀਚਮੈਂਟ ਦੇ ਵਿੱਚ ਵੋਟਸ ਕਰਨਗੇ, ਆਪਦੀ ਵੋਟ ਪਾਉਣਗੇ, ਠੀਕ ਹੈ। ਉਸ ਤੋਂ ਇਲਾਵਾ ਆਪਾਂ ਚੱਲਦੇ ਜੀ ਆਪਣੀ ਸਟੇਟ ਲੈਜਿਸਲੇਚਰ ਦੇ ਵੱਲ। ਸਟੇਟ ਲੈਜਿਸਲੇਟਿਵ ਦੇ ਜਿਹੜੇ ਮੈਂਬਰ ਹੁੰਦੇ ਨੇ ਐਮਐਲਏ ਹੁੰਦੇ ਨੇ ਵਿਧਾਨ ਸਭਾ ਦੇ, ਠੀਕ ਹੈ, ਇਲੈਕਟਿਡ ਮੈਂਬਰ ਸਿਰਫ ਉਹ ਵੋਟਾਂ ਪਾ ਸਕਦੇ ਨੇ ਪ੍ਰੈਜ਼ੀਡੈਂਟ ਨੂੰ। ਤੇ ਕੁਝ ਕੁ ਸਟੇਟਾਂ ਨੇ ਨਾ ਆਪਣੇ ਇੰਡੀਆ ਦੇ ਵਿੱਚ, ਉਹਨਾਂ ਦੇ ਵਿੱਚ ਸਟੇਟਾਂ ਦੇ ਜਿਹੜੇ ਵਿਧਾਨ ਸਭਾ ਨੇ ਉਹਦੇ ਵਿੱਚ ਵੀ ਨੋਮੀਨੇਟਡ ਮੈਂਬਰ ਨੇ, ਇੱਕ ਦੋ ਸਟੇਟਾਂ ਨੇਗੀਆਂ, ਉਹ ਨੋਮੀਨੇਟਡ ਮੈਂਬਰ ਵੋਟ ਨਹੀਂ ਪਾ ਸਕਦੇ, ਠੀਕ ਹੈ। ਤੇ ਉਸ ਤੋਂ ਇਲਾਵਾ ਜਿਹੜੀ ਕਈ ਸਟੇਟਸ ਨੇ, ਜਿਵੇਂ ਹੁਣ 8 ਸਟੇਟਾਂ ਨੇਗੀਆਂ ਆਪਣੀਆਂ ਇੰਡੀਆ ਦੇ ਵਿੱਚ, ਉਹਨਾਂ ਦੇ ਵਿੱਚ ਲੈਜਿਸਲੇਟਿਵ ਕਾਉਂਸਲ ਨੇ, ਵਿਧਾਨ ਪਰਿਸ਼ਦ ਨੇ। ਵਿਧਾਨ ਪਰਿਸ਼ਦ ਦਾ ਕੋਈ ਵੀ ਮੈਂਬਰ ਪ੍ਰੈਜ਼ੀਡੈਂਟ ਦੀ ਜਿਹੜੀ ਇਲੈਕਸ਼ਨ ਹੈਗੀ ਉਹਦੇ ਵਿੱਚ ਭਾਗ ਨਹੀਂ ਲੈ ਸਕਦਾ, ਚਾਹੇ ਉਹ ਇਲੈਕਟਡ ਹੋਵੇ ਚਾਹੇ ਉਹ ਨੋਮੀਨੇਟਡ ਹੋਵੇ। ਤੇ ਇੱਕ ਹੋਰ ਕੇਸ ਹੈ ਜਿਹੜੀ ਕਿਸੇ ਸਟੇਟ ਦੀ ਜਿਹੜੀ ਲੈਜਿਸਲੇਚਰ ਹੈਗੀ, ਮਤਲਬ ਲੈਜਿਸਲੇਟਿਵ ਅਸੈਂਬਲੀ ਹੈਗੀ, ਉਹ ਭੰਗ ਹੋਈ ਹੋਵੇ, ਡਿਸੋਲਵ ਹੋਈ ਹੋਵੇ, ਤਾਂ ਉਦੋਂ ਜਿਹੜੇ ਸਟੇਟ ਦੇ ਐਮਐਲਏ ਹੋਣਗੇ ਉਹ ਵੀ ਪ੍ਰੈਜ਼ੀਡੈਂਟ ਦੇ ਜਿਹੜੇ ਇਲੈਕਸ਼ਨ ਹੋਣਗੇ ਉਹਦੇ ਵਿੱਚ ਆਪਣਾ ਹਿੱਸਾ, ਆਪਣੀ ਵੋਟ ਨਹੀਂ ਪਾ ਸਕਦੇ। ਇਹ ਸੀ ਸਾਰਾ ਜਿਹੜੇ ਮੈਂਬਰ ਪ੍ਰੈਜ਼ੀਡੈਂਟ ਜਿਹੜਾ ਇਲੈਕਟੋਰਲ ਕਾਲਜ ਹੈ ਉਹਦੇ ਵਿੱਚ ਭਾਗ ਲੈਂਦੇ ਨੇ, ਠੀਕ ਹੈ। ਅਗਲਾ ਕੁਸਚਨ ਆ ਗਿਆ ਆਪਣਾ, ਇਹ ਕਹਿੰਦੇ ਇਨ ਵਿੱਚ ਦਾ ਫੋਲੋਇੰਗ ਕੇਸਿਸ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਇਜ਼ ਨਾਟ ਬਾਉਂਡ ਬਾਏ ਦਾ ਏਡ ਐਂਡ ਐਡਵਾਈਸ ਆਫ ਦਾ ਯੂਨੀਅਨ ਕਾਉਂਸਿਲ ਆਫ ਮਿਨਿਸਟਰ, ਠੀਕ ਹੈ। ਇੱਕ ਐਕਸੈਪਸ਼ਨ ਕੇਸ ਹੈ ਕੋਈ, ਉਹਦੇ ਵਿੱਚ ਦੱਸਿਆ ਵੀ ਜਿਹੜਾ ਪ੍ਰੈਜ਼ੀਡੈਂਟ ਹੈਗਾ ਉਹਦੀ, ਮਤਲਬ ਉਹਨੂੰ ਕਾਉਂਸਿਲ ਆਫ ਮਿਨਿਸਟਰ ਦੀ ਜਿਹੜੀ ਏਡ ਐਂਡ ਐਡਵਾਈਸ ਹੈ ਉਹ ਮੰਨਣੀ ਜ਼ਰੂਰੀ ਨਹੀਂ ਹੈਗੀ। ਉਹ ਕਿਹੜਾ ਕੇਸ ਹੋਇਆ? ਆਪਸ਼ਨ ਏ, ਇਹ ਕਹਿੰਦੇ ਇਨ ਡਿਸਾਈਡਿੰਗ ਦਾ ਕੁਐਸਚਨ ਆਫ ਰਿਮੂਵਲ ਆਫ ਗਵਰਨਰ। ਦੇਖੋ ਗਵਰਨਰ ਕੌਣ ਹੁੰਦਾ? ਇਹ ਸੈਂਟਰ ਸਰਕਾਰ ਦਾ ਏਜੰਟ ਹੁੰਦਾ, ਠੀਕ ਹੈ। ਜੇ ਪ੍ਰੈਜ਼ੀਡੈਂਟ ਨੇ ਗਵਰਨਰ ਨੂੰ ਰਿਮੂਵ ਕਰਨਾ ਤਾਂ ਸੈਂਟਰ ਸਰਕਾਰ ਪ੍ਰੈਜ਼ੀਡੈਂਟ ਨੂੰ ਭੇਜੂਗੀ, ਠੀਕ ਹੈ, ਮਤਲਬ ਐਡਵਾਈਸ ਕਰੂਗੀ ਵੀ ਆਹ ਗਵਰਨਰ ਨੂੰ ਰਿਮੂਵ ਕਰ ਦਿਓ। ਇਹਦੇ ਆਪਾਂ ਕਈ ਕੇਸਿਸ ਇੰਦਰਾ ਗਾਂਧੀ ਦੀ ਜਦੋਂ ਸਰਕਾਰ ਹੁੰਦੀ ਸੀ ਉਦੋਂ ਦੇਖੇ ਸੀਗੇ, ਸਰਕਾਰ ਬਦਲਦੀ ਸੀਗੀ ਤਾਂ ਉਹ ਜਿਹੜੀ ਦੂਜੀ ਸਰਕਾਰ ਦੇ ਗਵਰਨਰ ਹੁੰਦੇ ਸੀਗੇ ਉਹਨਾਂ ਸਾਰਿਆਂ ਨੂੰ ਰਿਮੂਵ ਕਰਕੇ ਆਪਦੇ ਗਵਰਨਰ ਅਪੁਆਇੰਟ ਕਰਵਾ ਦਿੰਦੇ ਸੀਗੇ, ਠੀਕ ਹੈ। ਇਹ ਤਾਂ ਸਟੇਟਮੈਂਟ ਇਹਨਾਂ ਦੀ ਜੀ, ਮਤਲਬ ਗਲਤ ਹੈਗੀ, ਠੀਕ ਹੈ। ਇਹਦੇ ਵਿੱਚ ਪ੍ਰੈਜ਼ੀਡੈਂਟ ਦੀ ਕੋਈ ਐਕਟੀ ਪਾਵਰ ਨਹੀਂ ਹੁੰਦੀ। ਆਪਸ਼ਨ ਬੀ, ਇਹ ਕਹਿੰਦੇ ਇਨ ਡਿਸਾਈਡਿੰਗ ਦਾ ਕੁਐਸਚਨ ਵੈਦਰ ਦਾ ਮੈਂਬਰ ਆਫ ਦਾ ਲੋਕ ਸਭਾ ਹੈਜ਼ ਬਿਕਮ ਡਿਸਕੁਆਲੀਫਾਈਡ ਟੂ ਕੰਟੀਨਿਊ ਐਜ਼ ਏ ਮੈਂਬਰ, ਠੀਕ ਹੈ। ਇਹ ਆਪਸ਼ਨ ਠੀਕ ਹੈ, ਇਹ ਆਪਾਂ ਦੇਖਦੇ ਹਾਂ ਅੱਗੇ ਜਾ ਕੇ। ਆਪਸ਼ਨ ਸੀ ਦੇਖਦੇ ਹਾਂ, ਇਹ ਕਹਿੰਦੇ ਵਾਈਲ ਐਕਸਰਸਾਈਜ਼ਿੰਗ ਪਾਵਰ ਟੂ ਗ੍ਰਾਂਟ ਪਾਰਡਨ, ਪਾਰਡਨਿੰਗ ਪਾਵਰ ਹੁੰਦੀ ਹੈ ਜਿਹੜੇ ਪ੍ਰੈਜ਼ੀਡੈਂਟ ਦੀ ਆ, ਉਹਦੇ ਵਿੱਚ ਪ੍ਰੈਜ਼ੀਡੈਂਟ ਜਿਹੜੀ ਕਾਉਂਸਲ ਆਫ ਮਿਨਿਸਟਰ ਦੀ ਜਿਹੜੀ ਐਡਵਾਈਸ ਹੁੰਦੀ ਹੈ ਕਿ ਉਹ ਬਾਉਂਡ ਨਹੀਂ ਹੈਗੀ। ਦੇਖੋ ਜਿਹੜਾ ਪਾਰਡਨਿੰਗ ਪਾਵਰਸ ਹੁੰਦੀਆਂ ਨੇ, ਠੀਕ ਹੈ, ਉਹਦੇ ਵਿੱਚ ਪ੍ਰੈਜ਼ੀਡੈਂਟ ਨੂੰ ਵੀ, ਮਤਲਬ ਜਿਹੜੇ ਕਾਉਂਸਲ ਆਫ ਮਿਨਿਸਟਰ ਜਿਹੜਾ ਉਹਨਾਂ ਨੂੰ ਪ੍ਰਪੋਜ਼ਲ ਭੇਜਦੇ ਨੇ ਉਹਦੇ ਅਕੋਰਡਿੰਗ ਹੀ ਪ੍ਰੈਜ਼ੀਡੈਂਟ ਜਿਹੜੇ ਪਾਰਡਨਿੰਗ ਪਾਵਰ ਨੇ ਉਹ ਵਰਤਦੇ ਨੇ। ਇਹ ਆਪਸ਼ਨ ਵੀ ਇਹਨਾਂ ਦੀ ਬਣਦੀ ਨੇਗੀ। ਆਪਸ਼ਨ ਡੀ, ਇਨ ਡਿਸਮਿਸਿੰਗ ਏ ਸਿਵਲ ਸਰਵੈਂਟ ਵਿਦਾਊਟ ਐਨੀ ਇਨਕੁਆਇਰਿੰਗ ਐਂਡ ਹੀਅਰਿੰਗ ਆਫ ਦਾ ਗਰਾਊਂਡ ਆਫ ਸਿਕਿਉਰਿਟੀ ਆਫ ਸਟੇਟ, ਇਹ ਵੀ ਗਲਤ ਹੈ ਜੀ। ਇਹਦਾ ਆਨਸਰ ਆ ਗਿਆ ਜੀ ਆਪਸ਼ਨ ਬੀ, ਇਨ ਡਿਸਾਈਡਿੰਗ ਦਾ ਕੁਐਸਚਨ ਵੈਦਰ ਦਾ ਮੈਂਬਰ ਆਫ ਲੋਕ ਸਭਾ ਹੈਜ਼ ਬੀਨ ਡਿਸਕੁਆਲੀਫਾਈਡ ਟੂ ਕੰਟੀਨਿਊ ਐਜ਼ ਏ ਮੈਂਬਰ, ਠੀਕ ਹੈ। ਇਹ ਆਫਿਸ ਆਫ ਪ੍ਰੋਫਿਟ ਵਾਲਾ ਕੇਸ ਹੈ, ਉਦੋਂ ਜਿਹੜਾ ਇਲੈਕਸ਼ਨ ਕਮਿਸ਼ਨ ਦੀ ਰਿਪੋਰਟ ਦੇ ਹਿਸਾਬ ਨਾਲ ਜਿਹੜੇ ਮੈਂਬਰ ਨੂੰ, ਮਤਲਬ ਪ੍ਰੈਜ਼ੀਡੈਂਟ ਨੇ, ਮਤਲਬ ਡਿਸਕੁਆਲੀਫਾਈ ਕਰਨਾ, ਠੀਕ ਹੈ, ਤਾਂ ਉਦੋਂ ਮਤਲਬ ਉਹਨੂੰ ਬਾਉਂਡ ਨਹੀਂ ਹੁੰਦਾ ਕਾਉਂਸਲ ਆਫ, ਜਿਹੜਾ ਯੂਨੀਅਨ ਕਾਉਂਸਲ ਆਫ ਮਿਨਿਸਟਰ ਦੀ ਐਡਵਾਈਸ, ਠੀਕ ਹੈ। ਸੋ ਇਹਦਾ ਆਨਸਰ ਆ ਗਿਆ ਜੀ ਆਪਸ਼ਨ ਬੀ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਆਪਣਾ ਦੇਸ਼ ਦਾ ਰਾਸ਼ਟਰਪਤੀ ਹੈ ਉਹਦੀਆਂ ਪਾਰਡਨਿੰਗ ਪਾਵਰਸ ਬਾਰੇ, ਠੀਕ ਹੈ। ਪਾਰਡਨਿੰਗ ਤੋਂ ਪਹਿਲਾਂ ਆਪਾਂ ਦੇਖੀਏ ਪਾਰਡਨ ਹੁੰਦਾ ਕੀ। ਪਾਰਡਨ ਹੁੰਦਾ ਜੀ ਮਾਫ਼ ਕਰਨ ਦੀਆਂ ਪਾਵਰ, ਠੀਕ ਹੈ। ਕੋਈ ਵੀ ਕਨਵਿਕਟ ਹੈਗਾ, ਅਪਰਾਧੀ ਹੈ, ਉਹਨੂੰ ਮਾਫ਼ ਕਰਨ ਦੀਆਂ ਕਿਹੜੀ ਕਿਹੜੀ ਪਾਵਰਸ ਆਪਣੇ ਸੰਵਿਧਾਨ ਦੇ ਵਿੱਚ ਲਿਖੀਆਂ ਹੋਈਆਂ ਨੇ, ਜਿਹੜੀਆਂ ਕਿ ਪ੍ਰੈਜ਼ੀਡੈਂਟ ਤੇ ਗਵਰਨਰ ਨੂੰ ਦਿੱਤੀਆਂ ਹੋਈਆਂ ਨੇ, ਉਹ ਆਪਾਂ ਡਿਸਕਸ ਕਰਦੇ ਹਾਂ, ਠੀਕ ਹੈ। ਸਭ ਤੋਂ ਪਹਿਲਾਂ ਇੰਪੋਰਟੈਂਟ ਗੱਲ, ਜਿਹੜਾ ਆਪਣੇ ਸੰਵਿਧਾਨ ਦਾ ਆਰਟੀਕਲ 72 ਹੈ ਉਹਦੇ ਵਿੱਚ ਜਿਹੜਾ ਆਪਣੇ ਦੇਸ਼ ਦਾ ਰਾਸ਼ਟਰਪਤੀ ਹੈ ਉਹਨੂੰ ਪਾਰਡਨਿੰਗ ਪਾਵਰ ਦਿੱਤੀਆਂ ਹੋਈਆਂ ਨੇ, ਠੀਕ ਹੈ, ਆਰਟੀਕਲ 72 ਦੇ ਵਿੱਚ। ਆਰਟੀਕਲ 72 ਦੇ ਅਕੋਰਡਿੰਗ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਕਿਹੜੀਆਂ ਕਿਹੜੀਆਂ ਪਾਰਡਨਿੰਗ ਪਾਵਰਸ ਨੇਗੀਆਂ ਉਹਨੂੰ ਦਿੱਤੀਆਂ, ਆਪਾਂ ਉਹ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲੀ ਤਾਂ ਆ ਗਈ ਜੀ ਕੰਪਲੀਟ ਪਾਰਡਨ, ਠੀਕ ਹੈ। ਇਹਦੇ ਵਿੱਚ ਮਤਲਬ ਜਿਹੜਾ ਵੀ ਅਪਰਾਧੀ ਹੈਗਾ ਉਹਨੂੰ ਕੰਪਲੀਟਲੀ ਮਤਲਬ ਪਾਰਡਨਿੰਗ ਪਾਵਰ ਦਿੱਤੀ, ਮਤਲਬ ਉਹਨੂੰ ਕੰਪਲੀਟਲੀ ਆਜ਼ਾਦ ਦਿੱਤਾ ਜਾਂਦਾ, ਜਿੰਨੀ ਵੀ ਉਹਦੀ ਸਜ਼ਾ ਹੁੰਦੀ ਆ ਉਹ ਟੋਟਲੀ ਮਾਫ਼ ਕਰ ਦਿੱਤੀ ਜਾਂਦੀ ਆ, ਵੀ ਪ੍ਰੈਜ਼ੀਡੈਂਟ ਕਹਿੰਦਾ ਵੀ ਜਾ ਭਾਈ ਤੂੰ ਆਜ਼ਾਦ ਹੈ, ਠੀਕ ਹੈ। ਇਹ ਤਾਂ ਹੋ ਗਈ ਕੰਪਲੀਟ ਪਾਰਡਨ ਪਾਵਰ, ਗ੍ਰਾਂਟ ਪਾਰਡਨ, ਠੀਕ ਹੈ। ਇੰਪੋਰਟੈਂਟ ਗੱਲ ਇਹ ਹੈ, ਜਿਹੜੀਆਂ ਇਹ 5 ਪਾਰਡਨਿੰਗ ਪਾਵਰ ਮੈਂ ਤੁਹਾਨੂੰ ਦਿੱਤੇ ਹੋਏ ਨੇ, ਇਹਨਾਂ ਦੇ ਵਿੱਚੋਂ 4 ਦੀ ਪਾਵਰ ਤਾਂ ਗਵਰਨਰ ਕੋਲ ਵੀ ਹੁੰਦੀ ਹੈ, ਬਟ ਜਿਹੜੀ ਆ ਕੰਪਲੀਟ ਪਾਰਡਨ ਜਿਹੜੀ ਪਹਿਲੀ ਪਾਵਰ ਹੈਗੀ ਇਹ ਇਕੱਲੇ ਪ੍ਰੈਜ਼ੀਡੈਂਟ ਕੋਲ ਹੁੰਦੀ ਹੈ, ਇਹ ਗਵਰਨਰ ਕੋਲ ਨਹੀਂ ਹੁੰਦੀ, ਠੀਕ ਹੈ। ਹੁਣ ਆਪਾਂ ਗੱਲ ਕਰੀਏ ਦੂਜੀ ਪਾਰਡਨਿੰਗ ਪਾਵਰ ਦੀ, ਕਮਿਊਟੇਸ਼ਨ ਦੀ। ਇਹ ਕੀ ਚੀਜ਼ ਹੈ? ਪਹਿਲਾਂ ਮੈਂ ਇੰਗਲਿਸ਼ 'ਚ ਪੜ੍ਹਦਾ ਫਿਰ ਆਪਾਂ ਤੁਹਾਨੂੰ ਮੈਂ ਪੰਜਾਬੀ ਸਮਝਾਉਣਾ। ਇਹ ਕਹਿੰਦੇ ਦਾ ਚੇਂਜਿੰਗ ਦਾ ਨੇਚਰ ਆਫ ਪਨਿਸ਼ਮੈਂਟ, ਠੀਕ ਹੈ, ਸਜ਼ਾ ਦੀ ਸਖਤਾਈ ਘਟਾ ਦੇਣੀ, ਇਹਦਾ ਮਤਲਬ ਇਹ ਹੈ, ਠੀਕ ਹੈ। ਐਗਜ਼ਾਮਪਲ, ਕਿਸੇ ਆਦਮੀ ਨੂੰ, ਕਿਸੇ ਪਰਸਨ ਨੂੰ ਰਿਗਰਸ ਪਨਿਸ਼ਮੈਂਟ ਮਿਲੀ ਹੋਵੇ, ਠੀਕ ਹੈ, ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਹੋਵੇ ਤਾਂ ਉਹਦੀ ਸਜ਼ਾ ਪ੍ਰੈਜ਼ੀਡੈਂਟ ਫਾਂਸੀ ਤੋਂ ਘਟਾ ਕੇ ਸਿੰਪਲ ਪਨਿਸ਼ਮੈਂਟ ਤੱਕ ਕਰ ਸਕਦਾ, ਠੀਕ ਹੈ, ਮਤਲਬ ਸਜ਼ਾ ਦੀ ਸਖਤੀ ਘਟਾ ਦੇਣੀ। ਇਹਦਾ ਹੋਗਾ ਜੀ ਕਮਿਊਟੇਸ਼ਨ।
ਤਾਂ ਪ੍ਰੈਜ਼ੀਡੈਂਟ ਉਹਦੀ ਉਹਦੀ ਜਿਹੜੀ 20 ਸਾਲ ਦੀ ਸਜ਼ਾ ਉਹਨੂੰ 20 ਸਾਲ ਤੋਂ 10 ਸਾਲ ਦੀ ਕਰ ਸਕਦਾ, ਸਜ਼ਾ ਘਟਾ ਸਕਦਾ, ਬਟ ਉਹਦਾ ਜਿਹੜਾ ਕਰੈਕਟਰ ਹੈਗਾ ਸਜ਼ਾ ਦਾ ਸਖਤੀ ਹੈ ਕਿ ਜਿਹੜੀ ਜਿਹੜੀ ਕੋਰਟ ਨੇ ਦਿੱਤੀ ਹੈ ਵੀ ਉਹਨੂੰ ਸਖਤ ਸਜ਼ਾ ਦਿੱਤੀ ਜਾਵੇ ਉਹ ਨਹੀਂ ਪ੍ਰੈਜ਼ੀਡੈਂਟ ਚੇਂਜ ਕਰਦਾ, ਠੀਕ ਹੈ। ਇਹ ਹੋ ਗਿਆ ਰਮਿਸ਼ਨ ਦੇ ਵਿੱਚ, ਮਤਲਬ ਸਖਤੀ ਉਨੀ ਹੈ ਸਜ਼ਾ ਦੀ ਪਰ ਸਜ਼ਾ ਘਟਾ ਦਿੱਤੀ ਜਾਂਦੀ ਹੈ। ਅਗਲਾ ਕੇਸ ਆ ਗਿਆ ਜੀ ਰਿਸਪਾਈਟ, ਇਹਦੇ ਵਿੱਚ ਕੀ ਹੈ, ਕਹਿੰਦੇ ਅਵਾਰਡਿਡ ਏ ਲੈਸਰ ਸੈਂਟੈਂਸ ਇਨ ਪਲੇਸ ਆਫ ਓਰੀਜਨਲ ਅਵਾਰਡਿਡ ਔਰ ਏ ਟੈਂਪਰਰੀ ਰਿਲੀਫ ਫਰੋਮ ਇੰਪ੍ਰੀਜ਼ਨਮੈਂਟ। ਇਹਦੀ ਜੇ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ, ਕੋਈ ਫੀਮੇਲ ਕਨਵਿਕਟ ਹੈਗੀ, ਠੀਕ ਹੈ, ਉਹ ਪ੍ਰੈਗਨੈਂਟ ਹੈਗੀ, ਤਾਂ ਉਹਨੂੰ ਉਹਦੀ ਹਾਲਤ ਦੇਖਦੇ ਹੋਏ ਕੁਝ ਕੁ ਸਮੇਂ ਲਈ ਉਹਨੂੰ ਟੈਂਪਰੇਰੀ ਰਿਲੀਫ ਦੇ ਲਈ ਮਤਲਬ ਉਹਦੀ ਸਜ਼ਾ ਘਟਾਈ ਜਾਂਦੀ ਹੈ। ਇਹ ਸਾਰਾ ਰਿਸਪਾਈਟ ਦੇ ਲਈ ਹੈ, ਮਤਲਬ ਜੇ ਕਿਸੇ ਨੇ ਮੈਡੀਕਲ ਲੀਵ ਵਗੈਰਾ ਲੈਣੀ ਹੈ ਤਾਂ ਉਦੋਂ ਇਹ ਪਾਰਡਨ ਵਰਤੀ ਜਾਂਦੀ ਹੈ ਰਿਸਪਾਈਟ। ਤੇ ਫਾਈਨਲੀ ਆ ਗਈ ਜੀ ਰਿਪਰਾਈਵ, ਇਹ ਜੇ ਕਿਸੇ ਪਰਸਨ ਦੀ ਸਜ਼ਾ ਤੇ ਸਟੇ ਲਾਉਣੀ ਹੈ ਤਾਂ ਉਦੋਂ ਇਹ ਪਾਵਰ ਵਰਤੀ ਜਾਂਦੀ ਹੈ ਰਿਪਰਾਈਵ, ਠੀਕ ਹੈ। ਸੋ ਇਹ ਸੀਗਾ ਸਾਰਾ ਅੱਜ ਆਪਾਂ ਦੇਖ ਰਿਹਾ ਪਾਰਡਨਿੰਗ ਪਾਵਰਸ ਬਾਰੇ ਪ੍ਰੈਜ਼ੀਡੈਂਟ ਦੀ, ਤੇ ਆਉਣ ਵਾਲੇ ਲੈਕਚਰ ਵਿੱਚ ਆਪਾਂ ਹੋਰ ਵੀ ਕਈ ਪਾਵਰਸ ਨੇਗੀਆਂ ਪ੍ਰੈਜ਼ੀਡੈਂਟ ਦੀਆਂ, ਉਹ ਆਪਾਂ ਡਿਸਕਸ ਕਰਾਂਗੇ। ਅਗਲਾ ਕੁਸਚਨ ਆ ਗਿਆ ਜੀ ਆਪਣਾ, ਇਹ ਕਹਿੰਦੇ ਦਾ ਚਾਰਜ ਆਫ ਵਾਇਲੇਸ਼ਨ ਆਫ ਦਾ ਕਨਸਟੀਟਿਊਸ਼ਨ ਬਾਏ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਫਾਰ ਹਿਸ ਇੰਪੀਚਮੈਂਟ ਕੈਨੋਟ ਬੀ ਪ੍ਰੈਫਰਡ ਬਾਏ ਅ ਹਾਊਸ ਅਨਲੈਸ, ਠੀਕ ਹੈ। ਇਹ ਕਹਿੰਦੇ ਪ੍ਰੈਜ਼ੀਡੈਂਟ ਨੂੰ ਜੇ ਇੰਪੀਚ ਕਰਨਾ ਹੋਣਾ, ਠੀਕ ਹੈ, ਉਹਦੇ ਚਾਰਜਸ ਵਗੈਰਾ ਦੀ ਕੰਡੀਸ਼ਨ ਦਿੱਤੀਆਂ ਨੇ ਵੀ ਕਿਵੇਂ ਕਿਵੇਂ ਉਹ ਪਾਸ ਹੋਗਾ, ਆਪਾਂ ਉਹ ਡਿਸਕਸ ਕਰਨੀ ਹੈ, ਠੀਕ ਹੈ। ਹੁਣ ਆਪਾਂ ਦੇਖਦੇ ਹਾਂ ਪਹਿਲੀ ਸਟੇਟਮੈਂਟ, ਇਹ ਕਹਿੰਦੇ ਇਹ ਰੈਜ਼ੋਲੂਸ਼ਨ ਕੰਟੇਨਿੰਗ ਦਾ ਪ੍ਰਪੋਜ਼ਲ ਇਜ਼ ਮੂਵਡ ਆਫਟਰ 7 ਡੇ ਨੋਟਿਸ ਇਨ ਇਜ਼ ਇਨ ਰਾਈਟਿੰਗ ਸਾਈਨਡ ਬਾਈ ਨਾਟ ਲੈਸ ਦੈਨ 1/4 ਆਫ ਦਾ ਟੋਟਲ ਮੈਂਬਰ ਆਫ ਦਾ ਹਾਊਸ। ਦੇਖੋ ਇਹ ਸਟੇਟਮੈਂਟ ਜਿਹੜੇ ਕੁਐਸਚਨ ਹੁੰਦੇ ਨੇ ਇਹ ਧਿਆਨ ਨਾਲ ਪੜ੍ਹਨੇ ਹੁੰਦੇ ਨੇ, ਠੀਕ ਹੈ। ਜੇ ਆਪਾਂ ਧਿਆਨ ਨਾਲ ਦੇਖਦੇ ਹਾਂ ਤਾਂ ਉਰੇ ਜਦੋਂ ਪ੍ਰੈਜ਼ੀਡੈਂਟ ਨੂੰ ਮਤਲਬ ਇੰਪੀਚ ਕਰਨ ਦਾ ਜੇ ਕੋਈ ਪ੍ਰਪੋਜ਼ਲ ਪੇਸ਼ ਕਰਨਾ ਤਾਂ ਉਦੋਂ 1/4 ਮੈਂਬਰ ਦੀ ਹਾਂ ਚਾਹੀਦਾ, ਠੀਕ ਹੈ, ਰਾਈਟਿੰਗ 'ਚ ਸਾਈਨ ਚਾਹੀਦਾ, ਠੀਕ ਹੈ, ਬਿਲਕੁਲ ਠੀਕ ਹੈ। ਬਟ 7 ਡੇਜ਼ ਦਾ ਨੋਟਿਸ ਨਹੀਂ ਹੁੰਦਾ, 14 ਦਿਨਾਂ ਦਾ ਨੋਟਿਸ ਦੇਣਾ ਪੈਂਦਾ, ਠੀਕ ਹੈ। ਇਹ ਆਪਸ਼ਨ ਤਾਂ ਹੋਊਗੀ ਜੀ ਗਲਤ, ਇਹਦੇ ਵਿੱਚ ਦੋ ਸਟੇਟਮੈਂਟ ਜਿਹੜੀਆਂ ਉਹ ਇਲੀਮਿਨੇਟ ਹੋ ਗਈਆਂ, ਆਪਸ਼ਨ ਬੀ ਤੇ ਸੀ ਤਾਂ ਇਲੀਮਿਨੇਟ ਹੋ ਗਏ, ਇਹਨਾਂ ਨੂੰ ਭੁੱਲ ਜਾਓ, ਰਹਿ ਗਈ ਆਪਸ਼ਨ ਏ ਤੇ ਡੀ, ਇਹ ਹੁਣ ਆਪਾਂ ਅੱਗੇ ਦੇਖਦੇ ਹਾਂ, ਠੀਕ ਹੈ ਜੀ। ਸਟੇਟਮੈਂਟ ਦੂਜੀ ਕਹਿੰਦੀ ਹੈ, ਇਹ ਕਹਿੰਦਾ ਦਾ ਰੈਜ਼ੋਲੂਸ਼ਨ ਪਾਸਡ ਬਾਈ ਮੈਜੋਰਟੀ ਆਫ ਨਾਟ ਲੈਸ ਦੈਨ 2/3 ਆਫ ਦਾ ਟੋਟਲ ਮੈਂਬਰਸ਼ਿਪ ਆਫ ਦਾ ਹਾਊਸ, ਬਿਲਕੁਲ ਠੀਕ ਹੈ। ਕਈ ਬੱਚੇ ਇਹਨੂੰ ਟੋਟਲ ਦੇਖ ਕੇ ਗਲਤ ਕਰ ਸਕਦੇ ਨੇ, ਬਟ ਜੇ ਤੁਸੀਂ ਮੇਰੇ ਪਿਛਲੇ ਲੈਕਚਰ ਦੇਖੇ ਨੇ ਤਾਂ ਉਦੋਂ ਮੈਂ ਤੁਹਾਨੂੰ ਜਦੋਂ ਮੈਜੋਰਟੀਜ਼ ਬਾਰੇ ਪੜ੍ਹਾਇਆ ਸੀਗਾ ਤਾਂ ਉਦੋਂ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਇੱਕ ਸੁਪਰ ਸਪੈਸ਼ਲ ਮੈਜੋਰਟੀ ਹੁੰਦੀ ਹੈ ਜਿਹਨੂੰ ਜਦੋਂ ਪ੍ਰੈਜ਼ੀਡੈਂਟ ਨੂੰ ਇੰਪੀਚ ਕਰਨਾ ਹੋਵੇ ਉਦੋਂ ਸੁਪਰ ਸਪੈਸ਼ਲ ਮੈਜੋਰਟੀ ਵਰਤੀ ਜਾਂਦੀ ਹੈ, ਜਿਹਦੇ ਵਿੱਚ ਮਤਲਬ 2/3 ਆਫ ਟੋਟਲ ਮੈਂਬਰ ਦੀ ਜਿਹੜੀ ਮਤਲਬ ਵੋਟਿੰਗ ਕਰਵਾਈ ਜਾਂਦੀ, ਠੀਕ ਹੈ। ਫਰਜ਼ ਕਰੋ ਹੁਣ ਜੇ ਆਪਾਂ ਜੱਜ ਨੂੰ ਰਿਮੂਵ ਕਰਨਾ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਲਈ, ਉਦੋਂ ਜਿਹੜੇ ਟੋਟਲ ਮੈਂਬਰ ਨੇ 2/3 ਉਹਨਾਂ ਦੀ ਮੈਜੋਰਟੀ ਨਹੀਂ ਚਾਹੀਦੀ, ਉਦੋਂ 2/3 ਆਫ ਪ੍ਰੈਜ਼ੀਡੈਂਟ ਐਂਡ ਵੋਟਿੰਗ ਚਾਹੀਦੀ ਹੈ, ਠੀਕ ਹੈ, ਉਹ ਇਕੱਲੀ ਸਪੈਸ਼ਲ ਮੈਜੋਰਟੀ ਹੋ ਗਈ। ਬਟ ਜੇ ਪ੍ਰੈਜ਼ੀਡੈਂਟ ਨੂੰ ਇੰਪੀਚ ਕਰਨਾ ਤਾਂ ਉਦੋਂ 2/3 ਆਫ ਟੋਟਲ ਮੈਂਬਰਸ਼ਿਪ ਮੈਜੋਰਟੀ ਚਾਹੀਦੀ ਹੈ ਆਪਾਂ ਨੂੰ ਰਿਮੂਵ ਕਰਨ ਦੇ ਲਈ, ਠੀਕ ਹੈ। ਇਹ ਆਪਸ਼ਨ ਬਿਲਕੁਲ ਠੀਕ ਹੈ। ਆਪਸ਼ਨ ਸੀ ਦੀ ਆਪਾਂ ਗੱਲ ਕਰੀਏ, ਇਹ ਕਹਿੰਦੇ ਦਾ ਗਰਾਊਂਡ ਆਫ ਇੰਪੀਚਮੈਂਟ ਮਸਟ ਬੀ ਆਈਦਰ ਮਿਸਬਿਹੇਵੀਅਰ ਔਰ ਵਾਇਲੇਸ਼ਨ ਆਫ ਕਨਸਟੀਟਿਊਸ਼ਨ, ਇਹ ਆਪਸ਼ਨ ਹੋ ਗਈ ਗਲਤ। ਪ੍ਰੈਜ਼ੀਡੈਂਟ ਨੂੰ ਜੇ ਮਤਲਬ ਇੰਪੀਚ ਕਰਨਾ ਤਾਂ ਸਿਰਫ ਇੱਕ ਗਰਾਊਂਡ ਕਨਸਟੀਟਿਊਸ਼ਨ ਦੇ ਵਿੱਚ ਦਿੱਤਾ ਗਿਆ, ਉਹ ਹੈਗਾ ਜੀ ਵਾਇਲੇਸ਼ਨ ਆਫ ਕਨਸਟੀਟਿਊਸ਼ਨ, ਮਿਸਬਿਹੇਵੀਅਰ ਦਾ ਜਿਹੜਾ ਗਰਾਊਂਡ ਆ ਉਹ ਨਹੀਂ ਦਿੱਤਾ ਗਿਆ। ਤੇ ਇੱਕ ਹੋਰ ਇੰਪੋਰਟੈਂਟ ਗੱਲ, ਜਿਹੜਾ ਇਹ ਵਾਇਲੇਸ਼ਨ ਆਫ ਕਨਸਟੀਟਿਊਸ਼ਨ ਫੇਸ ਕਨਸਟੀਟਿਊਸ਼ਨ ਦੇ ਵਿੱਚ ਦਿੱਤਾ ਹੈ ਇਹਨੂੰ ਡਿਫਾਈਨ ਨਹੀਂ ਕਰਿਆ ਗਿਆ, ਬਸ ਸਿਰਫ ਲਿਖਿਆ ਹੈਗਾ, ਠੀਕ ਹੈ। ਜੇ ਪ੍ਰੈਜ਼ੀਡੈਂਟ ਮਤਲਬ ਕਈ ਆਪਣੇ ਅਦਾਰੇ ਨੇਗੇ, ਠੀਕ ਹੈ, ਕਈ ਕਨਸਟੀਟਿਊਸ਼ਨ ਬਾਡੀਜ਼ ਨੇਗੀਆਂ, ਠੀਕ ਹੈ, ਉਹਨਾਂ ਜਿਹੜੇ ਮੈਂਬਰ ਨੂੰ ਜੇ ਪ੍ਰੈਜ਼ੀਡੈਂਟ ਰਿਮੂਵ ਕਰਦਾ, ਫੋਰ ਐਗਜ਼ਾਮਪਲ ਜੇ UPSC ਦਾ ਕੋਈ ਚੇਅਰਮੈਨ ਨੂੰ ਪ੍ਰੈਜ਼ੀਡੈਂਟ ਨੇ ਰਿਮੂਵ ਕਰਨਾ ਤਾਂ ਉਹਨਾਂ ਨੂੰ ਮਤਲਬ ਰਿਮੂਵ ਕਰਨ ਦੇ ਜਿਹੜੇ ਕੰਡੀਸ਼ਨ ਹੁੰਦੇ ਆ ਉਹਦੇ ਵਿੱਚ ਮਿਸਬਿਹੇਵੀਅਰ ਲਿਖਿਆ ਹੁੰਦਾ, ਮਤਲਬ ਉਹ ਜੇ ਮਿਸਬਿਹੇਵ ਕਰਦੇ ਨੇ ਤਾਂ ਉਹਨਾਂ ਨੂੰ ਜਿਹੜਾ ਦੇਸ਼ ਦਾ ਰਾਸ਼ਟਰਪਤੀ ਹੈ ਉਹ ਇੰਪੀਚ ਮਤਲਬ ਉਹਨਾਂ ਨੂੰ ਉਹ ਰਿਮੂਵ ਕਰ ਸਕਦਾ, ਠੀਕ ਹੈ। ਬਟ ਪ੍ਰੈਜ਼ੀਡੈਂਟ ਦੇ ਕੇਸ 'ਚ ਇਹ ਮਿਸਬਿਹੇਵੀਅਰ ਵਾਲਾ ਕੇਸ ਨਹੀਂ, ਸਿਰਫ ਵਾਇਲੇਸ਼ਨ ਆਫ ਕਨਸਟੀਟਿਊਸ਼ਨ ਹੈ, ਇਹਦਾ ਆਨਸਰ ਆ ਗਿਆ ਜੀ ਏ, ਓਨਲੀ 2 ਇਜ਼ ਕਰੈਕਟ। ਅੱਗੇ ਚੱਲਦੇ ਆਪਾਂ, ਇਹ ਕਹਿੰਦੇ ਵਿੱਚ ਉਹਦਾ ਫੋਲੋਇੰਗ ਸਟੇਟਮੈਂਟ ਅਬਾਊਟ ਦਾ ਐਗਜ਼ੀਕਿਊਟਿਵ ਪਾਵਰਸ ਆਫ ਪ੍ਰੈਜ਼ੀਡੈਂਟ ਇਜ਼ ਇਨਕਰੈਕਟ, ਠੀਕ ਹੈ। ਪ੍ਰੈਜ਼ੀਡੈਂਟ ਦੀ ਐਗਜ਼ੀਕਿਊਟਿਵ ਪਾਵਰਸ ਹੁੰਦੇ ਨੇ ਕੁਝ, ਉਹਨਾਂ ਵਿੱਚੋਂ ਕਿਹੜੀ ਇਹਨਾਂ 'ਚੋਂ ਗਲਤ ਹੈ ਆਪਾਂ ਉਹ ਦੇਖਦੇ ਹਾਂ, ਠੀਕ ਹੈ। ਸਭ ਤੋਂ ਪਹਿਲੀ ਗੱਲ ਜੇ ਆਪਾਂ ਗੱਲ ਕਰੀਏ, ਇਹ ਕਹਿੰਦੇ ਆਲ ਇੰਪੋਰਟੈਂਟ ਅਪੁਆਇੰਟਮੈਂਟਸ ਆਰ ਮੇਡ ਬਾਈ ਪ੍ਰੈਜ਼ੀਡੈਂਟ ਔਨ ਦਾ ਐਡਵਾਈਸ ਆਫ ਕੌਂਸਲ ਆਫ ਮਿਨਿਸਟਰ, ਠੀਕ ਹੈ। ਕਈ ਇੰਪੋਰਟੈਂਟ ਅਪੁਆਇੰਟਮੈਂਟਸ ਨੇਗੇ, ਫੋਰ ਐਗਜ਼ਾਮਪਲ ਕਈ ਮਹਿਕਮੇ ਨੇ, ਠੀਕ ਹੈ, UPSC ਦੇ ਚੇਅਰਮੈਨ ਵਗੈਰਾ ਹੋ ਗਏ, ਠੀਕ ਹੈ, ਕਈ ਉਸ ਤੋਂ ਇਲਾਵਾ ਹੋਰ ਵੀ ਕਈ ਇੰਪੋਰਟਮੈਂਟਸ ਨੇਗੀਆਂ, ਤਾਂ ਉਹ ਪ੍ਰੈਜ਼ੀਡੈਂਟ ਜਿਹੜਾ ਕਰਦਾ ਤਾਂ ਉਹ ਕੌਂਸਲ ਆਫ ਮਿਨਿਸਟਰ ਦੀ ਐਡਵਾਈਸ ਨਾਲ ਕਰਦਾ, ਬਿਲਕੁਲ ਠੀਕ ਸਟੇਟਮੈਂਟ ਹੈਗੀ। ਆਪਸ਼ਨ ਬੀ, ਇਹ ਕਹਿੰਦਾ ਦਾ ਪ੍ਰਾਈਮ ਮਿਨਿਸਟਰ ਐਂਡ ਯੂਨੀਅਨ ਮਿਨਿਸਟਰ ਆਰ ਅਪੁਆਇੰਟਡ ਬਾਈ ਪ੍ਰੈਜ਼ੀਡੈਂਟ, ਬਿਲਕੁਲ ਠੀਕ ਸਟੇਟਮੈਂਟ ਹੈਗੀ, ਠੀਕ ਹੈ। ਆਰਟੀਕਲ 75 ਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ, ਜਿਹੜੀ ਆਪਸ਼ਨ ਬੀ ਦੇ ਵਿੱਚ ਹੈ। ਆਪਸ਼ਨ ਸੀ, ਇਹ ਕਹਿੰਦੇ ਦਾ ਪ੍ਰੈਜ਼ੀਡੈਂਟ ਹੈਜ਼ ਦਾ ਐਬਸੋਲੂਟ ਪਾਵਰ ਟੂ ਅਪੁਆਇੰਟ ਐਂਡ ਰਿਮੂਵ ਦਾ ਚੇਅਰਮੈਨ ਐਂਡ ਮੈਂਬਰ ਆਫ ਸਟੈਚੂਟਰੀ ਬਾਡੀ ਐਟ ਹਿਸ ਡਿਸਕ੍ਰੀਸ਼ਨ। ਇਹ ਸ਼ਬਦ ਜਿਹੜੇ ਹੈ ਵੀ ਇਹ ਸ਼ਬਦ ਨੇਗੇ, ਇਹ ਧਿਆਨ ਨਾਲ ਪੜ੍ਹਨੇ, ਇਹ ਸਟੇਟਮੈਂਟ ਇਹਦੀ ਗਲਤ ਹੈ, ਇਹ ਮੈਂ ਤੁਹਾਨੂੰ ਅੱਗੇ ਸਮਝਾਉਣਾ ਕਿਉਂ। ਆਪਾਂ ਚੌਥੀ ਸਟੇਟਮੈਂਟ ਦੇਖੀਏ ਪਹਿਲਾਂ, ਇਹ ਕਹਿੰਦੇ ਦਾ ਪ੍ਰੈਜ਼ੀਡੈਂਟ ਇਜ਼ ਦਾ ਸੁਪਰੀਮ ਕਮਾਂਡਰ ਆਫ ਦਾ ਆਰਮਡ ਫੋਰਸ
ਦੇਖੋ ਪਹਿਲਾਂ ਤਾਂ ਆਪਾਂ ਕਿਸੇ ਸਟੈਚੂਟਰੀ ਬੋਡੀ ਦੀ ਐਗਜ਼ਾਮਪਲ ਲੈਣਾ, ਫਿਰ ਸਮਝ ਆਊਗਾ। ਆਪਾਂ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੀ ਗੱਲ ਕਰਦੇ ਹਾਂ, ਠੀਕ ਹੈ। ਇਹ ਇੱਕ ਸਟੈਚੂਟਰੀ ਬੋਡੀ ਹੈ, ਜੇ ਇਹਦੇ ਚੇਅਰਮੈਨ ਤੇ ਮੈਂਬਰ ਨੂੰ ਅਪੁਆਇੰਟ ਪ੍ਰੈਜ਼ੀਡੈਂਟ ਕਰਦਾ, ਠੀਕ ਹੈ, ਤਾਂ ਉਦੋਂ ਕੀ ਹੁੰਦਾ, ਇੱਕ ਕਮੇਟੀ ਬਣਦੀ ਹੈ। ਪਹਿਲਾਂ ਕਮੇਟੀ ਦੇ ਚਾਰ ਪੰਜ ਮੈਂਬਰ ਹੁੰਦੇ, ਠੀਕ ਹੈ, ਉਹਦੇ ਵਿੱਚ ਪ੍ਰਧਾਨ ਮੰਤਰੀ ਹੁੰਦਾ, ਆਪਣਾ ਦੇਸ਼ ਦਾ ਲੀਡਰ ਆਫ ਓਪੋਜੀਸ਼ਨ ਹੁੰਦਾ, ਠੀਕ ਹੈ, ਇੱਕ ਦੋ ਹੋਰ ਦੋ ਤਿੰਨ ਹੋਰ ਮੈਂਬਰ ਹੁੰਦੇ, ਠੀਕ ਹੈ, ਉਹ ਮੇਰੇ ਯਾਦ ਨਹੀਂ ਫਿਲਹਾਲ, ਤੁਸੀਂ ਜੇ ਲਿਖ ਸਕਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਲਿਖਿਓ। ਤਾਂ ਉਹ ਕਮੇਟੀ ਦੀ ਸਲਾਹ ਤੋਂ ਬਾਅਦ ਪ੍ਰੈਜ਼ੀਡੈਂਟ ਉਹਨਾਂ ਦੇ ਜਿਹੜੀ ਬੋਡੀ ਹੈਗੀ ਸਟੈਚੂਟਰੀ ਬੋਡੀ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ, ਉਹਦਾ ਚੇਅਰਮੈਨ ਤੇ ਮੈਂਬਰ ਨੂੰ ਅਪੁਆਇੰਟ ਕਰਦਾ। ਡਿਸਕ੍ਰੀਪਸ਼ਨ ਦਾ ਮਤਲਬ ਹੁੰਦਾ ਆਪਦੀ ਮਰਜ਼ੀ, ਠੀਕ ਹੈ, ਮਤਲਬ ਆਪਦੀ ਮਰਜ਼ੀ ਨਾਲ ਪ੍ਰੈਜ਼ੀਡੈਂਟ ਉਸ ਬੋਡੀ ਦੇ ਚੇਅਰਮੈਨ ਤੇ ਮੈਂਬਰ ਨੂੰ ਅਪੁਆਇੰਟ ਨਹੀਂ ਕਰ ਸਕਦਾ ਸਟੈਚੂਟਰੀ ਬੋਡੀ ਦੇ, ਠੀਕ ਹੈ। ਕਈ ਹੋਰ ਐਗਜ਼ਾਮਪਲ ਲੈ ਲਓ, ਰਿਜ਼ਰਵ ਬੈਂਕ ਆਫ ਇੰਡੀਆ ਵੀ ਇੱਕ ਸਟੈਚੂਟਰੀ ਬੋਡੀ, ਜਿਹੜਾ ਆਪਣਾ RBI ਹੈਗਾ, ਉਹਦਾ ਜਿਹੜਾ ਚੇਅਰਮੈਨ ਹੁੰਦਾ ਉਹਨੂੰ ਅਪੁਆਇੰਟ ਕਰਨ ਦੀ ਪਾਵਰ ਕਿਹਦੇ ਕੋਲ ਹੁੰਦੀ ਹੈ, ਉਹਨੂੰ ਸੈਂਟਰਲ ਗੌਰਮੈਂਟ ਹੈਗੀ ਜਿਹੜੀ ਆਪਣੀ ਉਹ ਅਪੁਆਇੰਟ ਕਰਦੀ, ਠੀਕ ਹੈ, ਉਹਦੇ ਵਿੱਚ ਪ੍ਰੈਜ਼ੀਡੈਂਟ ਦਾ ਕੋਈ ਰੋਲ ਨਹੀਂ ਹੁੰਦਾ, ਠੀਕ ਹੈ। ਸੋ ਇਹ ਸਟੇਟਮੈਂਟ ਗਲਤ ਹੋ ਗਈ, ਪ੍ਰੈਜ਼ੀਡੈਂਟ ਦੀ ਮਰਜ਼ੀ ਨਹੀਂ ਹੁੰਦੀ, ਠੀਕ ਹੈ। ਸੋ ਅੱਗੇ ਚੱਲਦੇ ਆਪਾਂ, ਅਗਲਾ ਕੁਸਚਨ ਆ ਗਿਆ ਜੀ, ਇਹ ਕਹਿੰਦੇ ਅੰਡਰ ਦਾ ਕੰਸੀਡਰ ਦਾ ਫੋਲੋਇੰਗ ਸਟੇਟਮੈਂਟ, ਦੋ ਸਟੇਟਮੈਂਟ ਦਿੱਤੇ ਨੇ, ਇਹ ਦੇਖਣੇ ਨੇ ਆਪਾਂ। ਪਹਿਲੀ ਸਟੇਟਮੈਂਟ ਆ ਗਈ, ਇਹ ਕਹਿੰਦੇ ਅੰਡਰ ਦਾ ਪ੍ਰੋਵੀਜ਼ਨ ਆਫ ਆਰਟੀਕਲ 191(1) ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ, ਐਂਡ MLA ਇਜ਼ ਬਾਰਡ ਫਰੋਮ ਹੋਲਡਿੰਗ ਐਨੀ ਆਫਿਸ ਆਫ ਪ੍ਰੋਫਿਟ ਅੰਡਰ ਦਾ ਯੂਨੀਅਨ ਐਂਡ ਸਟੇਟ ਗੌਰਮੈਂਟ। ਬਿਲਕੁਲ ਠੀਕ ਸਟੇਟਮੈਂਟ ਹੈਗੀ, ਠੀਕ ਹੈ। ਆਰਟੀਕਲ 191(1) ਦੇ ਵਿੱਚ ਲਿਖਿਆ ਹੈ ਤਿੰਨ ਚਾਰ ਤਰੀਕੇ ਨੇਗੇ ਜਿਹਦੇ ਵਿੱਚ ਮਤਲਬ ਕਿਸੇ ਮੈਂਬਰ ਨੂੰ ਡਿਸਕੁਆਲੀਫਾਈ ਕਰਿਆ ਜਾ ਸਕਦਾ, ਠੀਕ ਹੈ। ਇੱਕ ਉਹਦੇ ਚ ਆਫਿਸ ਆਫ ਪ੍ਰੋਫਿਟ ਹੈਗਾ, ਠੀਕ ਹੈ। ਦੂਜਾ ਕਈ ਕੰਡੀਸ਼ਨ ਹੋ ਗਿਆ, ਜਿਵੇਂ ਉਹਦਾ ਦਿਮਾਗ ਖਰਾਬ ਹੋ ਗਿਆ, ਇਨਸੋਲਵੈਂਟ ਹੋ ਗਿਆ, ਠੀਕ ਹੈ, ਬੈਂਕਰਪਟ ਪਰਸਨ ਹੈਗਾ, ਉਹਨੂੰ ਸਿਟੀਜਨ ਹੈਗਾ, ਇਹ ਤਿੰਨ ਚਾਰ ਕੰਡੀਸ਼ਨ ਦਿੱਤੇ ਹੋਏ ਨੇ ਤੇ ਇਹ ਸਟੇਟਮੈਂਟ ਬਿਲਕੁਲ ਠੀਕ ਹੈਗੀ, ਠੀਕ ਹੈ। ਮਤਲਬ ਜੇ ਕੋਈ ਪਰਸਨ ਕਿਸੇ ਸਰਕਾਰ ਦੇ ਹੋਰ ਅਦਾਇਰੇ ਦੇ ਵਿੱਚ ਮਤਲਬ ਆਫਿਸ ਆਫ ਪ੍ਰੋਫਿਟ ਲਾਭ ਦਾ ਦਫ਼ਤਰ ਉਠਾ ਰਿਹਾ ਤਾਂ ਉਹਨੂੰ ਉਹ ਡਿਸਕੁਆਲੀਫਾਈ ਕਰਿਆ ਜਾ ਸਕਦਾ, ਠੀਕ ਹੈ। ਇਹ ਆਪਸ਼ਨ ਤਾਂ ਉਹ ਵੀ ਠੀਕ। ਆਪਸ਼ਨ ਬੀ ਦੇਖੀਏ ਆਪਾਂ, ਇਹ ਕਹਿੰਦੇ ਦਾ ਓਰੀਜਨਲ ਕਨਸਟੀਟਿਊਸ਼ਨ ਸਪੈਸੀਫਾਈਜ਼ ਦੈਟ ਨੰਬਰ ਆਫ ਮਿਨਿਸਟਰੀਜ਼ ਇੰਕਲੂਡਿੰਗ ਦਾ ਚੀਫ ਮਿਨਿਸਟਰ ਹੈਜ਼ ਟੂ ਬੀ ਵਿਦਇਨ 15% ਆਫ ਦਾ ਟੋਟਲ ਮੈਂਬਰ ਆਫ ਦਾ ਅਸੈਂਬਲੀ, 10% ਇਨ ਕੇਸ ਆਫ ਦਿੱਲੀ ਵਿਚ ਇਜ਼ ਯੂਨੀਅਨ ਟੈਰੀਟਰੀ ਵਿਦ ਲੈਜਿਸਲੇਚਰ। ਇਹ ਐਵੇਂ ਕਹਿੰਦਾ ਹੈ, ਕਿਸੇ ਵਿਧਾਨ ਸਭਾ ਜਾਂ ਪਾਰਲੀਮੈਂਟ ਦੇ ਵਿੱਚ ਜਿੰਨੇ ਵੀ ਮਿਨਿਸਟਰ ਅਪੁਆਇੰਟ ਕਰੇ ਜਾਂਦੇ ਨੇ, ਠੀਕ ਹੈ, ਉਹ ਸਰਕਾਰ ਦੇ ਜਿੰਨੇ ਮਤਲਬ ਜਿੰਨੇ ਉਸ ਵਿਧਾਨ ਸਭਾ ਦੇ ਮੈਂਬਰ ਹੁੰਦੇ ਨੇ ਉਹਦੇ 15% ਤੋਂ ਜ਼ਿਆਦਾ ਨਹੀਂ ਹੋ ਸਕਦੇ, ਤੇ ਜੇ ਆਪਾਂ ਦਿੱਲੀ ਦੀ ਗੱਲ ਕਰੀਏ ਉਹਦੇ ਵਿੱਚ 10% ਤੋਂ ਜ਼ਿਆਦਾ ਨਹੀਂ ਹੋ ਸਕਦੇ। ਕੀ ਇਹ ਚੀਜ਼ ਓਰੀਜਨਲ ਕਨਸਟੀਟਿਊਸ਼ਨ ਦੇ ਵਿੱਚ ਲਿਖੀ ਗਈ ਸੀਗੀ? ਇਹ ਆਪਸ਼ਨ ਗਲਤ ਹੈ ਜੀ। ਇਹਦੇ ਇਹਨੂੰ ਸਮਝਣ ਦੇ ਲਈ ਆਪਾਂ ਨੂੰ ਇੱਕ ਅਮੈਂਡਮੈਂਟ ਪੜ੍ਹਨੀ ਪਊਗੀ ਕਨਸਟੀਟਿਊਸ਼ਨ ਦੀ, ਉਹ ਹੈਗੀ ਜੀ 91st ਕਨਸਟੀਟਿਊਸ਼ਨ ਅਮੈਂਡਮੈਂਟ। ਉਹਨੂੰ ਸੋਧ ਕਰਨ ਦੇ ਉਹ ਅਮੈਂਡਮੈਂਟ ਕਰਕੇ ਇਹ ਪ੍ਰੋਵੀਜ਼ਨ ਐਡ ਕਰਿਆ ਗਿਆ ਸੀਗਾ। ਜਿਹੜੀ 91st ਅਮੈਂਡਮੈਂਟ ਸੀਗੀ ਉਹਦੇ ਵਿੱਚ ਦੋ ਪ੍ਰੋਵੀਜ਼ਨ ਐਡ ਕਰੇ ਗਏ ਸੀਗੇ, ਠੀਕ ਹੈ। ਇੱਕ ਤਾਂ ਜੀ ਆਹੀ ਸੀਗਾ ਵੀ ਜਿਹੜੇ ਕਾਉਂਸਲ ਆਫ ਮਿਨਿਸਟਰ ਨੇਗੇ ਇਹਨਾਂ ਦਾ ਸਾਈਜ਼ ਕਿੰਨਾ ਹੋਣਾ ਚਾਹੀਦਾ, ਠੀਕ ਹੈ। ਆਮ ਸਟੇਟਾਂ ਦਾ 15% ਤੇ ਪਾਰਲੀਮੈਂਟ ਦਾ ਵੀ, ਜਿਹੜੇ ਹਾਊਸ ਨੇ ਉਹਨਾਂ ਦਾ 15% ਤੇ ਜਿਹੜੇ ਦਿੱਲੀ ਸਟੇਟ ਹੈਗੀ ਉਹਦਾ 10% ਤੇ ਤਿੰਨ ਸਟੇਟਾਂ ਨੇਗੀਆਂ ਉਹਨਾਂ ਦੇ ਵਿੱਚ 12% ਹੈ। ਦੋ ਸਟੇਟਾਂ ਮੈਂ ਤੁਹਾਨੂੰ ਦੱਸਦਾ ਨਾ, ਸਿੱਕਿਮ ਤੇ ਮਿਜ਼ੋਰਮ। ਤੀਜੀ ਸਟੇਟ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋ ਉਹ ਤੀਜੀ ਸਟੇਟ ਕਿਹੜੀ ਹੈ ਜਿਹਦੇ ਵਿੱਚ ਇਹ ਲਿਮਿਟ 12% ਦੀ ਹੈ, ਠੀਕ ਹੈ। ਸੋ 91st ਕਨਸਟੀਟਿਊਸ਼ਨ ਅਮੈਂਡਮੈਂਟ ਦੇ ਵਿੱਚ ਇੱਕ ਤਾਂ ਇਹ ਚੀਜ਼ ਐਡ ਕਰੀ ਗਈ ਸੀ, ਦੂਜੀ ਚੀਜ਼ ਐਡ ਕਰੀ ਗਈ ਸੀ ਐਂਟੀ ਡਿਫੈਕਸ਼ਨ ਬਾਰੇ, ਠੀਕ ਹੈ। ਉਹ ਪ੍ਰੋਵੀਜ਼ਨ ਦੇ ਵਿੱਚ ਇਹ ਦੇਖਿਆ ਗਿਆ ਸੀਗਾ ਜੇ ਕਿਸੇ ਮੈਂਬਰ ਨੂੰ ਐਂਟੀ ਡਿਫੈਕਸ਼ਨ ਦੇ ਮਤਲਬ ਰਿਗਾਰਡਿੰਗ ਡਿਸਕੁਆਲੀਫਾਈ ਕਰਿਆ ਜਾ ਸਕਦਾ ਤਾਂ ਉਹ ਫਰਦਰ ਕਿਸੇ ਸਰਕਾਰ ਦੇ ਆਫਿਸ ਜਾਂ ਮਿਨਿਸਟਰੀ ਤੋਂ ਦੁਬਾਰਾ ਤੋਂ ਉਹ ਚਾਰਜ ਨਹੀਂ ਲੈ ਸਕਦਾ, ਠੀਕ ਹੈ। ਉਹ ਦੂਜਾ ਪ੍ਰੋਵੀਜ਼ਨ ਸੀਗਾ। ਤੀਜੀ ਗੱਲ ਹੁਣ ਇੱਕ ਮੈਂ ਹੋਰ ਸਮਝਾਉਣਾ, 91st ਕਨਸਟੀਟਿਊਸ਼ਨ ਅਮੈਂਡਮੈਂਟ ਦੇ ਵਿੱਚ ਕਾਫੀ ਪ੍ਰੋਵੀਜ਼ਨ ਸੀਗੇ। ਜਦੋਂ ਮੈਂ ਪਹਿਲਾ ਜਾਂ ਦੂਜਾ ਲੈਕਚਰ ਕਰਵਾਇਆ ਸੀਗਾ ਤਾਂ ਉਦੋਂ ਮੈਂ ਜਦੋਂ ਤੁਹਾਨੂੰ ਐਂਟੀ ਡਿਫੈਕਸ਼ਨ ਬਾਰੇ ਪੜ੍ਹਾਇਆ ਸੀਗਾ ਤਾਂ ਉਦੋਂ ਮੈਂ ਤੁਹਾਨੂੰ ਇੱਕ ਜਦੋਂ ਐਕਸੈਪਸ਼ਨ ਦੱਸਿਆ ਸੀ, ਕਿਉਂਕਿ ਕਈ ਐਕਸੈਪਸ਼ਨ ਨੇਗੀਆਂ, ਠੀਕ ਹੈ, ਤਾਂ ਉਹਨਾਂ ਦੇ ਵਿੱਚੋਂ ਇੱਕ ਐਕਸੈਪਸ਼ਨ ਦੱਸੀ ਸੀਗੀ ਵੀ ਜਦੋਂ 1/3 ਆਫ ਮੈਂਬਰਸ ਨੇਗੇ ਜਿਹੜੇ ਉਹ ਮਤਲਬ ਮਰਜ ਕਰ ਜਾਣ ਕਿਸੇ ਦੂਜੀ ਪਾਰਟੀ 'ਚ ਤਾਂ ਉਹਨਾਂ 'ਤੇ ਐਂਟੀ ਡਿਫੈਕਸ਼ਨ ਦਾ ਪਰਚਾ ਨਹੀਂ ਪਊਗਾ। ਉਹ ਚੀਜ਼ ਸੀਗੀ ਜਿਹੜੀ ਉਹ 91st ਅਮੈਂਡਮੈਂਟ ਦੇ ਵਿੱਚ ਡਿਲੀਟ ਕਰਤੀ ਸੀਗੀ। ਤੇ ਇੱਕ ਚੀਜ਼ ਐਡ ਕਰੀ ਗਈ ਸੀਗੀ ਵੀ ਜੇ ਹੁਣ 2/3 ਪਰਸਨ ਨੇਗੇ ਉਹ ਮਰਜ ਕਰਨਗੇ, ਠੀਕ ਹੈ, ਫੇਰ ਹੀ ਮਤਲਬ ਉਹਨਾਂ 'ਤੇ ਐਂਟੀ ਡਿਫੈਕਸ਼ਨ ਦਾ ਪਰਚਾ ਨਹੀਂ ਪਊਗਾ। ਉਹ ਚੀਜ਼ ਉੱਥੋਂ ਤੁਸੀਂ ਹੁਣ ਇੱਥੇ ਦੇਖ ਕੇ ਚੇਂਜ ਕਰ ਲਓ, ਠੀਕ ਹੈ। ਮੈਂ ਉੱਥੇ ਜਾਣ ਕੇ ਨਹੀਂ ਸਮਝਾਈ ਸੀ, ਇੱਥੇ ਆਪਾਂ ਦੇਖਣੀ ਸੀ ਉਹ ਚੀਜ਼, ਠੀਕ ਹੈ। ਸੋ ਇਹਦਾ ਆਨਸਰ ਆ ਗਿਆ ਜੀ ਓਨਲੀ 1। ਜਿਹੜੀ ਦੂਜੀ ਕੰਡੀਸ਼ਨ ਸੀਗੀ ਇਹ ਓਰੀਜਨਲ ਕਨਸਟੀਟਿਊਸ਼ਨ ਵਿੱਚ ਐਡ ਨਹੀਂ ਕਰੀ ਗਈ ਸੀਗੀ, 91st ਅਮੈਂਡਮੈਂਟ ਦੇ ਥਰੂ ਕਰੀ ਸੀਗੀ। ਲਾਸਟ ਕੁਐਸਚਨ ਆ ਗਿਆ ਜੀ ਆਪਣਾ ਅੱਜ ਦਾ, ਇਹ ਕਹਿੰਦੇ ਕੰਸੀਡਰ ਦਾ ਫੋਲੋਇੰਗ ਸਟੇਟਮੈਂਟ। ਪਹਿਲੀ ਸਟੇਟਮੈਂਟ ਆ ਗਈ, ਕਹਿੰਦੇ NPP ਨੈਸ਼ਨਲ ਪੀਪਲਸ ਪਾਰਟੀ ਇਜ਼ ਦਾ 7th ਪਾਰਟੀ ਟੂ ਗੈਟ ਰੈਕੋਗਨਾਈਜੇਸ਼ਨ ਆਫਟਰ BJP, BSP, ਨੈਸ਼ਨਲ ਕਾਂਗਰਸ ਪਾਰਟੀ, CPI, ਕਮਿਊਨਿਸਟ ਪਾਰਟੀ ਆਫ ਇੰਡੀਆ, CPIM ਤੇ ਕਾਂਗਰਸ, ਠੀਕ ਹੈ। ਦੇਖੋ ਜਿਹੜੇ ਇਹ ਕੁਐਸਚਨ ਹੈਗੇ ਇਹ ਇੰਪੋਰਟੈਂਟ ਕਿਉਂ ਨੇ? ਕਈਆਂ ਨੂੰ ਤਾਂ ਲੱਗਦਾ ਵੀ ਇਹ ਫੈਕਟ ਹੈ, ਬਟ ਦੇਖੋ ਆਪਣੇ ਦੇਸ਼ ਦੇ ਵਿੱਚ ਜਿਹੜੇ ਨੈਸ਼ਨਲ ਪਾਰਟੀ ਦੀ ਰਹੀਆਂ ਉਹ ਥੋੜੀਆਂ ਨੇਗੇ, ਠੀਕ ਹੈ। ਤੇ ਜਿਹੜੀ ਆਹ NPP ਪਾਰਟੀ ਹੈ, ਨੈਸ਼ਨਲ ਪੀਪਲ ਪਾਰਟੀ, ਜੇ ਤੁਸੀਂ ਮੇਰੇ ਡੇਲੀ ਕਰੰਟ ਅਫੇਅਰ ਫੋਲੋ ਕਰਦੇ ਹੋਣਗੇ ਤਾਂ 3-4 ਦਿਨ ਪਹਿਲਾਂ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਇੱਕ ਨਾਰਥ ਈਸਟ ਦੀ ਪਹਿਲੀ ਪਾਰਟੀ ਹੈਗੀ ਜਿਹਨੂੰ ਰੀਕੋਗਨਾਈਜੇਸ਼ਨ ਮਿਲਿਆ, ਠੀਕ ਹੈ,
ਸੱਤਵੀਂ ਪਾਰਟੀ ਹੈ ਜੀ ਮਮਤਾ ਬੈਨਰਜੀ ਦੀ ਤ੍ਰਿਮੂਲ ਨੈਸ਼ਨਲ ਕਾਂਗਰਸ। ਠੀਕ ਹੈ, ਇਹ ਗੱਲਾਂ ਟ੍ਰਿਕੀ ਹੁੰਦੀਆਂ ਨੇ, ਧਿਆਨ ਨਾਲ ਪੜ੍ਹਨੀ ਹੁੰਦੀ। ਠੀਕ ਹੈ, ਸੱਤਵੀਂ ਪਾਰਟੀ ਨੀ ਜਿਹਨੂੰ ਰੈਕੋਗਨੇਸ਼ਨ ਮਿਲੀ ਹੈ, ਇਹ ਉਸ ਤੋਂ ਬਾਅਦ ਹੈਗੀ। ਠੀਕ ਹੈ, ਸੱਤਵੀਂ ਸੀਗੀ ਤ੍ਰਿਮੂਲ ਨੈਸ਼ਨਲ ਕਾਂਗਰਸ ਆਹ 6 ਪਾਰਟੀਆਂ ਤੋਂ ਬਾਅਦ। ਠੀਕ ਹੈ, ਸੋ ਇਹ ਆਪਸ਼ਨ ਤਾਂ ਹੋ ਗਈ ਇਹਨਾਂ ਦੀ ਗਲਤ। ਆਪਸ਼ਨ ਬੀ ਦੀ ਆਪਾਂ ਗੱਲ ਕਰੀਏ, ਦਾ ਕੰਡੀਸ਼ਨ ਫੋਰ ਬੀਂਗ ਲਿਸਟਡ ਐਜ ਨੈਸ਼ਨਲ ਔਰ ਸਟੇਟ ਪਾਰਟੀ ਆਰ ਸਪੈਸੀਫਾਈਡ ਅੰਡਰ ਦਾ ਇਲੈਕਸ਼ਨ ਸਿੰਬਲ ਰੈਜ਼ਰਵੇਸ਼ਨ ਐਂਡ ਅਲਾਟਮੈਂਟ ਆਰਡਰ 1968। ਇਹ ਆਪਸ਼ਨ ਬਿਲਕੁਲ ਠੀਕ ਹੈ, ਇਹਦੇ ਵਿੱਚ ਸਾਰਾ ਕੁਝ ਲਿਖਿਆ ਹੈ। ਜੇ ਕਿਸੇ ਸਟੇਟ ਨੂੰ ਨੈਸ਼ਨਲ ਤੇ ਸਟੇਟ ਪਾਰਟੀ ਰਜਿਸਟਰ ਕਰਾਉਣਾ ਤਾਂ ਉਹਦੀ ਕੰਡੀਸ਼ਨ ਵਗੈਰਾ ਇਹਨਾਂ ਦੇ ਵਿੱਚ, ਇਹ ਜਿਹੜੇ ਆਰਡਰ ਨੇਗੇ ਇਹਦੇ ਵਿੱਚ ਲਿਖਿਆ ਹੋਇਆ। ਠੀਕ ਹੈ, ਜੇ ਤੁਸੀਂ ਇੱਦਾਂ ਪੜ੍ਹਨਾ ਚਾਹੁੰਦੇ ਹੋ, ਇਹ ਪੜ੍ਹਨਾ ਚਾਹੁੰਦੇ ਹੋ ਵੀ ਨੈਸ਼ਨਲ ਪਾਰਟੀ ਰਿਕੋਗਨਾਈਜੇਸ਼ਨ ਦੇ ਲਈ ਕਿਹੜੀ ਕੰਡੀਸ਼ਨ ਹੁੰਦੀਆਂ ਨੇ ਤੇ ਸਟੇਟ ਪਾਰਟੀ ਦੀ ਕਿਹੜੀ ਕੰਡੀਸ਼ਨ ਹੁੰਦੀ ਨੇ, ਤਾਂ ਮੈਂ ਡੇਲੀ ਕਰੰਟ ਅਫੇਅਰ ਦੀ ਵੀਡੀਓ ਦੇ ਵਿੱਚ ਅਲੱਗ ਤੋਂ ਬਕਾਇਦਾ ਕਰਵਾਇਆ ਹੋਇਆ ਕੰਡੀਸ਼ਨ, ਉੱਥੋਂ ਤੁਸੀਂ ਪੜ੍ਹ ਸਕਦੇ ਹੋ। ਤੇ ਇਹ ਸੀ ਸਾਰੀ ਆਪਣੀ ਅੱਜ ਦਾ ਲੈਕਚਰ, ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।